ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਵੱਲੋਂ ਅੱਜ ਜਾਣਕਾਰੀ ਦਿੱਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਜੋ ਵੀ ਭਾਰਤ ਤੋਂ ਕੈਨੇਡਾ ਜਾਣਾ ਚਾਹੁੰਦਾ ਹੈ ਉਹ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣ ਕਿ ਕੈਨੇਡਾ ਵਿੱਚ ਐਂਟਰ ਹੋਣ ਦੇ ਲਈ ਜੋ ਹਦਾਇਤਾਂ ਤੇ ਰੋਕ ਲੱਗੀ ਹੋਈ ਹੈ ਉਹ ਉਸੇ ਤਰ੍ਹਾਂ ਲਾਗੂ ਹੈ ਇੱਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕੈਨੇਡਾ ਸਰਕਾਰ ਦੇ ਵੱਲੋਂ ਦੁਬਾਰਾ ਤੋਂ ਟਰੈਵਲ ਰੈਸਟ੍ਰਿਕਸ਼ਨਸ ਨੂੰ ਅੱਗੇ ਵਧਾਇਆ ਗਿਆ ਹੈ ਜੋ ਹੁਣ ਤੱਕ ਲਗਾਈਆਂ ਗਈਆਂ ਸਨ ਪਹਿਲਾਂ ਤਾਂ ਮੰਨਿਆ ਜਾ ਰਿਹਾ ਸੀ ਕਿ 31 ਅਕਤੂਬਰ ਤੋਂ ਬਾਅਦ ਇਸ ਤੇ ਵਿਛਟ ਦਿੱਤੀ ਜਾ ਸਕਦੀ ਹੈ ਪਰ ਕੋਵਿਡ-19 ਦੀ ਸੈਕੰਡ ਵੇਵ ਦੌਰਾਨ ਜੋ ਵੱਡੀ ਗਿਣਤੀ ਦੇ ਵਿੱਚ ਮਾਮਲੇ ਸਾਹਮਣੇ ਆ ਰਹੇ ਨੇ ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਤਰੀਕਾ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਹੈ ਇਸ ਤੋਂ ਬਾਅਦ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਵੀਜ਼ਾ ਅਪਲੀਕੇਸ਼ਨ ਸੈਂਟਰਸ ਨੂੰ ਅਗਲੇ ਪੜਾ ਤਹਿਤ ਖੋਲਣ ਦੀ ਤਿਆਰੀ ਕਰ ਰਹੇ ਨੇ ਜਿਸ ਤਹਿਤ ਪਹਿਲੇ ਪੜਾ ਮੁਤਾਬਕ ਤਾਂ ਵੀਜ਼ਾ ਅਪਲੀਕੇਸ਼ਨ ਸੈਂਟਰਸ ਤੋਂ ਕੰਮ ਪਹਿਲਾਂ ਸ਼ੁਰੂ ਕਰ ਹੀ ਦਿੱਤਾ ਗਿਆ ਸੀ ਪਹਿਲੇ ਪੜਾਅ ਮੁਤਾਬਕ ਜਿਨ੍ਹਾਂ ਨੂੰ ਪਾਸਪੋਰਟ ਭੇਜਣ ਲਈ ਬੇਨਤੀ ਆ ਰਹੀ ਹੈ ਉਹ ਕੂਰੀਅਰ ਰਾਹੀਂ ਪਾਸਪੋਰਟ ਭੇਜ ਰਹੇ ਨੇ ਜਿਸ ਤੋਂ ਬਾਅਦ ਵੀਜ਼ਾ ਅਪਲੀਕੇਸ਼ਨ ਸੈਂਟਰ ਵੀ ਸਟੈਂਪ ਲਗਾਉਣ ਮਗਰੋਂ ਪਾਸਪੋਰਟ ਵਾਪਸ ਉਹਨਾਂ ਦੇ ਕੋਲ ਭੇਜ ਰਹੇ ਨੇ ਇਸਰਾਨ ਹਾਈ ਕਮਿਸ਼ਨ ਵੱਲੋਂ ਦੱਸਿਆ ਗਿਆ ਹੈ ਕਿ ਅਜੇ ਤੱਕ ਇੱਕ ਤਰੀਕ ਤੈਅ ਨਹੀਂ ਕਰ ਸਕੇ ਕਿ ਕਿਸ ਦਿਨ ਤੋਂ ਲੋਕਾਂ ਦੇ ਆਪ ਵੀਜ਼ਾ ਅਪਲੀਕੇਸ਼ਨ ਸੈਂਟਰ ਵਿੱਚ ਆ ਕੇ ਕੰਮ ਕਰਵਾਉਣ ਵਾਲਾ ਸਿਸਟਮ ਸ਼ੁਰੂ ਹੋਣਾ ਹੈ ਪਰ ਅਗਲੇ ਪੜਾਅ ਤਹਿਤ ਕੰਮ ਖੋਲਣ ਦੇ ਲਈ ਉਹਨਾਂ ਵੱਲੋਂ ਕੰਮ ਜ਼ਰੂਰ ਕੀਤਾ ਜਾ ਰਿਹਾ ਹੈ ਸਰਵਿਸ ਨੂੰ ਪੂਰੀ ਤਰ੍ਹਾਂ ਸ਼ੁਰੂ ਕਰਨ ਦੇ ਲਈ ਕੁਝ ਹਫ਼ਤੇ ਜਾਂ ਮਹੀਨੇ ਲੱਗ ਸਕਦੇ ਨੇ ਜਿਸ ਦੇ ਲਈ ਅਧਿਕਾਰੀਆਂ ਨੇ ਕਿਹਾ ਹੈ ਕਿ ਜਦੋਂ ਹੀ ਪੂਰੀ ਤਰ੍ਹਾਂ ਕੰਮ ਖੋਲਣ ਦੇ ਲਈ ਕੋਈ ਤਰੀਕ ਤੈਅ ਹੁੰਦੀ ਹੈ ਤਾਂ ਉਹ ਜਾਣਕਾਰੀ ਦੇਣਗੇ ਇੱਥੇ ਜ਼ਿਕਰ ਹੋ ਗਿਆ ਕਿ ਮੁੱਖ ਤੌਰ ਦੇ ਉੱਤੇ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਦੇ ਵੱਲੋਂ ਇਹ ਜਾਣਕਾਰੀ ਇਸ ਕਰਕੇ ਦਿੱਤੀ ਗਈ ਹੈ ਕਿ ਉਹਨਾਂ ਨੂੰ ਬਹੁਤ ਸਾਰੇ ਸਵਾਲ ਆ ਰਹੇ ਨੇ ਈਮੇਲਾਂ ਆ ਰਹੀਆਂ ਨੇ ਜਿਸ ਦੇ ਵਿੱਚ ਬਾਰ-ਬਾਰ ਇਹੋ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਪੂਰੀ ਤਰ੍ਹਾਂ ਵੀਜ਼ਾ ਐਪਲੀਕੇਸ਼ਨ ਸੈਂਟਰ ਆਖਿਰ ਕਦੋਂ ਤੋਂ ਖੋਲਣੇ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹੋ ਕਿਹਾ ਗਿਆ ਹੈ ਕਿ ਇਸ ਦੇ ਉੱਤੇ ਉਹ ਕੰਮ ਕਰ ਰਹੇ ਨੇ ਤੇ ਅਗਲੇ ਪੜਾਅ ਤਹਿਤ ਇਸ ਦੇ ਵਿੱਚ ਹੋਰ ਜ਼ਿਆਦਾ ਕੰਮ ਸ਼ੁਰੂ ਕਰਨ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਹਿਤ ਤਰੀਕ ਤੈਅ ਕੀਤੀ ਜਾਵੇਗੀ ਕਿ ਕਦੋਂ ਤੋਂ ਵੀਜ਼ਾ ਅਪਲੀਕੇਸ਼ਨ ਸੈਂਟਰ ਪੂਰੀ ਤਰ੍ਹਾਂ ਖੋਲੇ ਜਾਣ ਤਾਂ ਦੱਸਦੇ ਹਾਂ ਕਿ ਜੇਕਰ ਤੁਸੀਂ ਆਪ ਵੀ ਵੀਜ਼ਾ ਅਪਲੀਕੇਸ਼ਨ ਸੈਂਟਰ ਕਦੋਂ ਤੋਂ ਖੁੱਲੇ ਨੇ ਜਾਂ ਫਿਰ ਖੁੱਲ ਰਹੇ ਨੇ ਇਸ ਬਾਰੇ ਨਾਲ ਦੀ ਨਾਲ ਕੋਈ ਤਾਜ਼ਾ ਅਪਡੇਟ ਲੈਣੀ ਹੈ ਤਾਂ ਤੁਸੀਂ ਕੈਨੇਡਾ ਦੇ ਵੀਜ਼ਾ ਅਪਲੀਕੇਸ਼ਨ ਸੈਂਟਰਸ ਦੀ ਵੈੱਬਸਾਈਟ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਜਿਸ ਦੇ ਵਿੱਚ ਜਦੋਂ ਤੁਸੀਂ ਇੰਡੀਆ ਲਿਖ ਕੇ ਸਰਚ ਕਰੋਗੇ ਤਾਂ ਇੰਡੀਆ ਦੇ ਵਿੱਚ ਮੌਜੂਦ ਕੈਨੇਡਾ ਦੇ ਵੀਜ਼ਾ ਅਪਲੀਕੇਸ਼ਨ ਸੈਂਟਰ ਨੇ ਜਿੰਨੇ ਵੀ ਉਹਨਾਂ ਦੀ ਸੂਚੀ ਆ ਜਾਂਦੀ ਹੈ ਜਿਸ ਦੇ ਵਿੱਚ ਜਿਸ ਦੇ ਵਿੱਚ ਫਿਲਹਾਲ ਤਾਂ ਇਹੋ ਅਪਡੇਟ ਆ ਰਹੀ ਹੈ ਕਿ ਨਿਊ ਡੈਲੀ ਦਾ ਜੋ ਉਹਨਾਂ ਦਾ ਦਫ਼ਤਰ ਹੈ ਉਸ ਦੇ ਵਿੱਚ ਲਿミਟਿਡ ਸਰਵਿਸ ਦਿੱਤੀ ਜਾ ਰਹੀ ਹੈ ਪਰ ਬਾਕੀ ਦੇਸ਼ ਦੇ ਵਿੱਚ ਹੋਰ ਜਿੰਨੇ ਵੀ ਦਫਤਰ ਨੇ ਉਹ ਬੰਦ ਪਏ ਨੇ ਜਿਸ ਦੇ ਵਿੱਚ ਲਿਖਿਆ ਆ ਰਿਹਾ ਹੈ ਕਿ ਉਹ ਆਰਜੀ ਤੌਰ ਦੇ ਉੱਤੇ ਬੰਦ ਨਹੀਂ ਹੁਣ ਦੇਖਣਾ ਹੀ ਹੋਵੇਗਾ ਕਿ ਕਦੋਂ ਤੋਂ ਇਹ ਸਰਵਿਸ ਸ਼ੁਰੂ ਕੀਤੀ ਜਾਂਦੀ ਹੈ ਕਿਉਂਕਿ ਕਾਫੀ ਜ਼ਿਆਦਾ ਦੇਸ਼ਾਂ ਵਿੱਚ ਕੈਨੇਡਾ ਦੇ ਵੀਜ਼ਾ ਅਪਲੀਕੇਸ਼ਨ ਸੈਂਟਰ ਖੋਲ ਵੀ ਦਿੱਤੇ ਗਏ ਨੇ ਤੇ ਹੋਰ ਕਾਫੀ ਦੇਸ਼ਾਂ ਵਿੱਚ ਵੀ ਸੀਮਤ ਸਰਵਿਸ ਸ਼ੁਰੂ ਕੀਤੀ ਗਈ ਹੈ